ਜਿੱਦਾਂ ਆਪ ਸਭ ਨੂੰ ਪਤਾ ਕਿ ਪ੍ਰਵਾਸੀ ਮਜ਼ਦੂਰਾਂ ਅਤੇ ਪੰਜਾਬੀਆਂ ਦਾ ਮੁੱਦਾ ਬਹੁਤ ਜ਼ਿਆਦਾ ਵਾਇਰਲ ਹੋਇਆ ਹੈਗਾ। ਸੋ ਉੱਥੇ ਅਕਸਰ ਹੀ ਪ੍ਰਵਾਸੀ ਮਜ਼ਦੂਰਾਂ ਦੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ, ਜਿੱਥੇ ਕਿ ਉਹ ਪੰਜਾਬੀਆਂ ਨਾਲ ਧੱਕਾ ਕਰਦੇ ਦਿਖਾਈ ਦਿੰਦੇ ਨੇ, ਉਹਨਾਂ ਦੀ ਕੁੱਟਮਾਰ ਕਰਦੇ ਦਿਖਾਈ ਦਿੰਦੇ ਨੇ, ਜਿਸ ਤੋਂ ਬਾਅਦ ਲੋਕ ਕਹਿੰਦੇ ਪਏ ਨੇ ਕਿ ਇਹ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਕਿ ਆਪਣੇ ਪੰਜਾਬ 'ਤੇ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਹੀ ਰਾਜ ਕਰ ਲੈਣਗੇ। ਸੋ ਇਹਨਾਂ ਗੱਲਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ। ਉੱਥੇ ਇੱਕ ਵੀਡੀਓ ਹੋਰ ਨਿਕਲ ਕੇ ਸਾਹਮਣੇ ਰਹੀ ਜਿੱਥੇ ਕਿ ਇੱਕ ਹਰਿਆਣੇ ਦੀ ਕੁੜੀ ਹੁੰਦੀ ਅਤੇ ਉਸ ਟ੍ਰੇਨ ਦੇ ਵਿੱਚ ਕੁਝ ਕੁ ਪ੍ਰਵਾਸੀ ਮਜ਼ਦੂਰ ਹੁੰਦੇ ਨੇ ਜਿਨ੍ਹਾਂ ਦੁਆਰਾ ਉਸ ਕੁੜੀ ਦੀ ਵੀਡੀਓ ਬਣਾ ਲਈ ਜਾਂਦੀ ਹੈ ਕਿ ਪਿੱਛੇ ਖੜੀ ਦੀ। ਸੋ ਉਹ ਕਹਿੰਦੀ ਹੈ ਕਿ ਮੇਰੀ ਵੀਡੀਓ ਡਿਲੀਟ ਕਰ ਦਿਓ ਤੁਸੀਂ, ਪਰ ਉਹ ਪ੍ਰਵਾਸੀ ਮਜ਼ਦੂਰ ਜਿਹੜੀ ਕਿ ਵੀਡੀਓ ਨਹੀਂ ਡਿਲੀਟ ਕਰਦੇ। ਬਾਕੀ ਤੁਸੀਂ ਅੱਗੇ ਸਾਰੀ ਵੀਡੀਓ ਵੀ ਜ਼ਰੂਰ ਦੇਖ ਲਓ। ਬਾਕੀ ਕੁਝ ਕੁ ਲੋਕ ਇਹ ਵੀ ਕਹਿੰਦੇ ਪਏ ਨੇ ਕਿ ਜੇਕਰ ਪ੍ਰਵਾਸੀ ਮਜ਼ਦੂਰ ਇੱਥੇ ਕੰਮ ਕਰਨ ਲਈ ਆਉਂਦੇ ਨੇ ਤਾਂ ਆਪਾਂ ਇੱਥੋਂ ਕੈਨੇਡਾ ਅਮਰੀਕਾ ਵੀ ਕੰਮ ਕਰਨ ਲਈ ਜਾਂਦੇ ਹਾਂ, ਜੇਕਰ ਆਪਣੇ ਨਾਲ ਉਹ ਇੱਦਾਂ ਕਰਨ ਤਾਂ ਆਪਾਂ ਨੂੰ ਵੀ ਬੁਰਾ ਲੱਗੂਗਾ। ਬਾਕੀ ਤੁਸੀਂ ਕਮੈਂਟ ਬਾਕਸ 'ਚ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰ ਦਿਓ। ਬਿਹਾਰ ਨੂੰ ਜਾਣ ਵਾਲੀ ਟ੍ਰੇਨ ਦੇ ਵਿੱਚ ਹਰਿਆਣੇ ਦੀ ਕੁੜੀ ਦੀ ਧੱਕੇ ਨਾਲ ਵੀਡੀਓ ਬਣਾਉਂਦਾ ਆਪਣੇ ਪਿੱਛੇ ਖੜੀ ਦੀ, ਅਤੇ ਕੁੜੀ ਵਿਰੋਧ ਕਰਦੀ ਆ, ਉਹ ਕਹਿੰਦੀ ਫੋਨ ਦੇ ਤੇਰੇ ਫੋਨ 'ਚੋਂ ਵੀਡੀਓ ਕਟਾਉਣੀ ਆ ਮਤਲਬ ਤੇਰੇ ਕੋਲ, ਅਤੇ ਇਹ ਕਹਿੰਦਾ ਹਿੰਮਤ ਹੈਗੀ ਤੇਰੇ 'ਚ ਫੋਨ ਫੜਨ ਦੀ, ਕੁੜੀ ਕਹਿੰਦੀ ਮੈਂ ਫੋਨ ਬਾਹਰ ਵੀ ਛੱਡ ਦੇਣਾ ਤੇਰਾ ਫੜ ਕੇ, ਅਤੇ